ਜਥੇਬੰਦੀਆਂ ਦੇ ਟਾਈਮ ਗੱਲ ਆਈ ਹੈ ਕਿ ਅਸੀਂ 17 ਤਰੀਕ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਾ ਹੈ, ਇਸ ਕਰਕੇ ਇਹ ਤਰੀਕ ਹੈ ਜਿਹੜੀ 20 ਤਰੀਕ ਕਰ ਦਿੱਤੀ ਜਾਵੇ। 20 ਤਰੀਕ ਨੂੰ ਹੁਣ ਸਾਡੀ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਏਗੀ ਕਿਸਾਨਾਂ ਦੇ ਕਰਜ਼ੇ ਬਾਰੇ। ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕ ਆਏ ਹਾਂ, ਹੁਣ ਇੱਕ ਅੱਧੀ ਜਥੇਬੰਦੀ ਪਿੱਛੇ ਸਾਰੀਆਂ ਨੂੰ ਕਾਠ ਮਾਰਨਾ, ਮੈਂ ਸਮਝਦਾ ਇਹ ਬਹਾਨਾ ਭਾਲਣ ਵਾਲੀ ਗੱਲ ਹੈ। ਇਲੈਕਸ਼ਨ ਕੋਲ ਲੱਗ ਜਾਣਾ ਇਹਨਾਂ ਦੇ ਕੋਲ ਕੀ ਦੇਣਾ ਫਿਰ, ਸਾਨੂੰ ਤਾਂ ਲੱਗਦਾ ਕਿ ਝੂਠੇ ਵਾਅਦੇ ਦਾ ਦਾਅਵੇ ਵਾਲਾ ਕੰਮ ਆਇਆ ਗਾ, ਕੁਛ ਨਹੀਂ ਆਇਆ ਨਾ, ਹਰੇ ਕੋਈ ਸੁਨੇਹਾ ਨਹੀਂ, ਤੁਹਾਡੇ ਰਾਹੀਂ ਸਾਨੂੰ ਪਤਾ ਲੱਗਾ, ਮੀਡੀਆ ਰਾਹੀਂ ਪਤਾ ਲੱਗਾ। ਕਿਸਾਨ ਅੰਦੋਲਨ ਜਿੱਤ ਕੇ ਵਾਪਸ ਪਰਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਚੰਨੀ ਸਰਕਾਰ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਹਨਾਂ 17 ਦਸੰਬਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਮੀਟਿੰਗ ਰੱਖੀ ਸੀ, ਪਰ ਬੀਤੇ ਕੱਲ੍ਹ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਕਿਸਾਨਾਂ ਨੇ ਹਾਲੇ ਦਰਬਾਰ ਸਾਹਿਬ ਗੁਰੂ ਘਰ ਨਤਮਸਤਕ ਹੋਣ ਲਈ ਜਾਣਾ ਹੈ, ਇਸ ਲਈ ਜੋ ਮੀਟਿੰਗ 17 ਦਸੰਬਰ ਨੂੰ ਰੱਖੀ ਗਈ ਸੀ ਉਸ ਦੀ ਤਾਰੀਖ ਹੁਣ 20 ਦਸੰਬਰ ਕਰ ਦਿੱਤੀ ਗਈ ਹੈ। ਦੀਆਂ ਜਥੇਬੰਦੀਆਂ ਨੇ ਮੀਟਿੰਗ ਵਾਸਤੇ ਟਾਈਮ ਮੰਗਿਆ, ਅਸੀਂ 17 ਤਰੀਕ ਤੈਅ ਕੀਤੀ ਸੀ, ਲੇਕਿਨ ਅੱਜ ਕੁਝ ਜਥੇਬੰਦੀਆਂ ਦੇ ਟਾਈਮ ਗੱਲ ਆਈ ਹੈ ਕਿ ਅਸੀਂ 17 ਤਰੀਕ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਾ ਹੈ, ਇਸ ਕਰਕੇ ਇਹ ਤਰੀਕ ਹੈ ਜਿਹੜੀ 20 ਤਰੀਕ ਕਰ ਦਿੱਤੀ ਜਾਵੇ। 20 ਤਰੀਕ ਨੂੰ ਹੁਣ ਸਾਡੀ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਏਗੀ ਕਿਸਾਨਾਂ ਦੇ ਕਰਜ਼ੇ ਬਾਰੇ ਅਤੇ ਹੋਰ ਸਮੱਸਿਆਵਾਂ ਬਾਰੇ। ਉਹਦੇ ਵਿੱਚ ਕਿਸਾਨਾਂ ਦੀ ਭਾਵਨਾਵਾਂ ਨੂੰ ਦੇਖ ਕੇ ਫੈਸਲਾ ਲਿਆ ਜਾਏਗਾ। ਦੱਸਦੇ ਕਿ ਮੁੱਖ ਮੰਤਰੀ ਚੰਨੀ ਦੇ ਇਸ ਫੈਸਲੇ ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਸਰਕਾਰ ਨੇ ਮੀਟਿੰਗ ਲਈ ਜੋ ਤਰੀਕ ਤੈਅ ਕੀਤੀ ਸੀ ਉਸੇ ਦਿਨ ਹੀ ਮੀਟਿੰਗ ਕੀਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੀਟਿੰਗ ਮੁਲਤਵੀ ਹੋਣ ਦੀ ਕੋਈ ਸੂਚਨਾ ਉਹਨਾਂ ਨੂੰ ਨਹੀਂ ਮਿਲੀ ਹੈ ਅਤੇ 20 ਦਸੰਬਰ ਵਾਲੀ ਮੀਟਿੰਗ ਦਾ ਉਹਨਾਂ ਵੱਲੋਂ ਬਾਈਕਾਟ ਕੀਤਾ ਜਾਵੇਗਾ। ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਚੰਨੀ ਸਰਕਾਰ ਨੂੰ ਲੰਮੇ ਹੱਥੀ ਲਿਆ। ਇਸ ਤਰ੍ਹਾਂ ਵੀ ਸਾਨੂੰ 17 ਤਾਰੀਖ ਦੀ ਮੀਟਿੰਗ ਦੀ ਚਿੱਠੀ ਮਿਲੀ ਸੀ ਮੁੱਖ ਮੰਤਰੀ ਦੀ, ਅਤੇ ਅਸੀਂ ਉਹਦੇ ਲਈ ਤਿਆਰ ਸੀ, ਸਾਰੀਆਂ ਜਥੇਬੰਦੀਆਂ ਨੂੰ ਪਤਾ ਸੀ। ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕ ਆਏ ਹਾਂ, ਹੁਣ ਇੱਕ ਅੱਧੀ ਜਥੇਬੰਦੀ ਪਿੱਛੇ ਸਾਰੀਆਂ ਨੂੰ ਕਾਠ ਮਾਰਨਾ, ਮੈਂ ਸਮਝਦਾ ਇਹ ਬਹਾਨਾ ਭਾਲਣ ਵਾਲੀ ਗੱਲ ਹੈ। ਅਸਲ ਵਿੱਚ ਇਲੈਕਸ਼ਨ ਕੋਰਟ ਲੱਗ ਜਾਣਾ ਹੈ, ਸਰਕਾਰ ਦੇ ਬੱਲੇ ਵੀ ਕੁਛ ਨਹੀਂ, ਐਵੇਂ ਸਾਡਾ ਸਮਾਂ ਬਰਬਾਦ ਕਰਨਗੇ, ਇਸ ਕਰਕੇ ਅਸੀਂ ਉਸ ਮੀਟਿੰਗ ਵਿੱਚ ਜਿਹੜੀ ਹੁਣ ਨਵੀਂ 20 ਤਰੀਕ ਦੀ ਕੀਤੀ ਅਸੀਂ ਨਹੀਂ ਜਾਵਾਂਗੇ। ਇਲੈਕਸ਼ਨ ਕੋਰਟ ਲੱਗ ਜਾਣਾ ਇਹਨਾਂ ਦੇ ਕੋਲ ਕੀ ਦੇਣਾ ਫਿਰ, ਸਾਨੂੰ ਤਾਂ ਲੱਗਦਾ ਕਿ ਝੂਠੇ ਵਾਅਦੇ ਦਾ ਦਾਅਵੇ ਵਾਲਾ ਕੰਮ ਆਇਆ ਗਾ, ਕੁਛ ਨਹੀਂ ਆਇਆ ਨਾ, ਹਰੇ ਕੋਈ ਸੁਨੇਹਾ ਨਹੀਂ, ਤੁਹਾਡੇ ਰਾਹੀਂ ਸਾਨੂੰ ਪਤਾ ਲੱਗਾ, ਮੀਡੀਆ ਰਾਹੀਂ ਪਤਾ ਲੱਗਾ। ਦੱਸਦੇ ਕਿ ਇਸ ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਮੁਆਵਜ਼ੇ ਨੂੰ ਲੈ ਕੇ ਚੰਨੀ ਸਰਕਾਰ ਨਾਲ ਗੱਲਬਾਤ ਕੀਤੀ ਜਾਣੀ ਸੀ, ਪਰ ਹੁਣ ਸਰਕਾਰ ਵੱਲੋਂ ਮੀਟਿੰਗ ਮੁਲਤਵੀ ਕਰਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਉਹ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਣਗੇ। ਫਿਲਹਾਲ ਹੁਣ ਇਸ 'ਤੇ ਨਜ਼ਰ ਬਣੀ ਰਹੇਗੀ ਕਿ ਕਿਸਾਨਾਂ ਵੱਲੋਂ ਸਰਕਾਰ ਨਾਲ 20 ਦਸੰਬਰ ਨੂੰ ਮੀਟਿੰਗ ਕੀਤੀ ਜਾਵੇਗੀ ਜਾਂ ਫਿਰ ਨਹੀਂ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।